ਫਾਜ਼ਿਲਕਾ ਦੇ ਕਲਾਸ਼ ਨਗਰ ਦੀ ਗਲੀ ਨੰਬਰ 2 ਦੇ ਵਿੱਚੋਂ ਚੋਰੀ ਹੋਇਆ ਸਪਲੈਂਡਰ ਮੋਟਰਸਾਈਕਲ, ਘਟਨਾ ਸੀਸੀਟੀਵੀ ਦੇ ਵਿੱਚ ਹੋਈ ਕੈਦ। ਫਾਜ਼ਿਲਕਾ ਦੇ ਕਲਾਸ਼ ਨਗਰ ਦੀ ਗਲੀ ਨੰਬਰ 2A ਦੇ ਵਿੱਚੋਂ ਅੱਜ ਦੁਪਹਿਰ ਲਗਭਗ 3:40 ਤੇ ਇੱਕ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ। ਮੋਟਰਸਾਈਕਲ ਮਾਲਕ ਨੇ ਦੱਸਿਆ ਕਿ ਉਸਦਾ ਮੋਟਰਸਾਈਕਲ ਘਰ ਦੇ ਬਾਹਰ ਖੜਾ ਸੀ। ਦੋ ਨੌਜਵਾਨ ਜੋ ਕਿ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਹੇ ਹਨ ਮੋਟਰਸਾਈਕਲ ਦੇ ਕੋਲ ਆਏ, ਜਿਨ੍ਹਾਂ ਵੱਲੋਂ ਕੁਛ ਦੇਰ ਇੱਥੇ ਰੈਕੀ ਕੀਤੀ ਗਈ ਅਤੇ ਮੋਟਰਸਾਈਕਲ ਨੂੰ ਲੈ ਕੇ ਫਰਾਰ ਹੋ ਗਏ। ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ, ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਮੋਟਰਸਾਈਕਲ ਦੋ ਯੁਵਕਾਂ ਵੱਲੋਂ ਚੋਰੀ ਕੀਤਾ ਗਿਆ, ਜਿਸ ਦੀ ਸੂਚਨਾ ਮੋਟਰਸਾਈਕਲ ਮਾਲਕ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਮੋਟਰਸਾਈਕਲ ਚੋਰਾਂ ਨੂੰ ਫੜਨ ਦੀ ਮੰਗ